बीते दिन बीजेपी यूथ आगू सरबजीत सिंह काका बराड दी मौत हो गई। घरेलू कलेश दे कारण उसके भरा दे वल्लों ही गोली चलाई गई जो कि काका बराड दे ढिड दे विच जा वज्जी, जिस दे विच ओ गंभीर रूप दे विच जख्मी हो गए, जिन्हां नूं हस्पताल दाखिल करवाया गया जिथे उन्हां दी मौत हो गई है। ज्यादा जानकारी दिंदे होए SP मलोट फतेह सिंह बराड ने दस्या कि उन्हां दा सिविल हस्पताल श्री मुक्तसर साहिब विखे पोस्टमार्टम किया जाएगा और उस तो बाद उन्हां दा अंतिम संस्कार जद्दी पिंड पाकसर विखे किया जाएगा। ਇੱਕ ਜੀ ਸਾਨੂੰ ਇੰਸੀਡੈਂਟ ਰਿਪੋਰਟ ਹੋਇਆ ਸੀ ਜਿਸ ਵਿੱਚ ਕਾਕਾ ਬਰਾੜ ਨਾਮ ਦੇ BJP ਲੀਡਰ ਦੀ ਬੁਲਟ ਇੰਜਰੀਜ਼ ਹੋਣ ਦੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ। ਜੋ ਘਟਨਾ ਬਾਰੇ ਸਾਨੂੰ ਅਸੀਂ ਇਨਵੈਸਟੀਗੇਸ਼ਨ ਕੀਤੀ ਅਤੇ ਸਾਨੂੰ ਪਤਾ ਲੱਗਿਆ ਕਿ 9 ਤਰੀਕ ਨੂੰ ਕਾਕਾ ਬਰਾੜ, ਉਹਨਾਂ ਦੇ ਸਕੇ ਭਰਾ ਪਰਮਜੀਤ, ਉਹਨਾਂ ਦੇ ਫਾਦਰ ਗੁਰਦੇਵ ਸਿੰਘ ਅਤੇ ਉਹਨਾਂ ਦੀ ਪਤਨੀ ਵੀਰਪਾਲ ਕੌਰ, ਇਹਨਾਂ ਦਾ ਸਾਂਝਾ ਘਰ ਹੈ ਪਿੰਡ ਲੱਖੇਵਾਲੀ, ਥਾਣਾ ਲੱਖੇਵਾਲੀ ਪੈਂਦਾ ਇਹਨਾਂ ਨੂੰ, ਅਤੇ ਉੱਥੇ ਵਰਾਂਡੇ ਵਿੱਚ ਬੈਠੇ ਸੀ ਅਤੇ ਕੁਦਰਤੀ ਗੱਲਬਾਤ ਕਰ ਰਹੇ ਸੀ। ਜਿਸ ਦੌਰਾਨ ਕੁਛ ਟਾਈਮ ਬਾਅਦ ਉਹਨਾਂ ਦੇ ਬ੍ਰਦਰ ਪਰਮਜੀਤ ਸਿੰਘ, ਉਹ ਆਪਦਾ ਲਾਇਸੈਂਸੀ ਰਿਵੋਲਵਰ ਬੱਤੀਪੁਰ ਉਸਦੀ ਸਾਫ਼ ਸਫਾਈ ਦੇ ਸੰਭਾਲ ਕਰ ਰਹੇ ਸੀ, ਕਿਉਂਕਿ 15 ਅਗਸਤ ਆ ਰਹੀ ਹੈ, ਪ੍ਰੋਟੋਕੋਲ ਲੱਗਿਆ ਹੋਇਆ, ਉਸ ਕਰਕੇ ਸਭ ਨੂੰ ਜਿਨ੍ਹਾਂ ਨੂੰ ਵੀ ਲਾਇਸੈਂਸ ਹਥਿਆਰ ਦਿੱਤੇ ਹੋਏ ਆ ਉਹਨਾਂ ਨੂੰ ਕਿਹਾ ਗਿਆ ਵੀ ਆਪਦੇ ਚੈੱਕ ਕਰਕੇ ਅਤੇ ਰਿਪੋਰਟ ਕਰਨ ਕੰਸਰਨ ਥਾਣੇ। ਇਸ ਦੌਰਾਨ ਜੀ ਉਹਨਾਂ ਤੋਂ ਗਲਤੀ ਨਾਲ ਉਹਨਾਂ ਦਾ ਬੱਤੀਪੁਰ ਰਿਵੋਲਵਰ ਸਲਿੱਪ ਹੁੰਦਾ ਅਤੇ ਐਕਸੀਡੈਂਟਲੀ ਉਹ ਫਾਇਰ ਹੋ ਜਾਂਦਾ, ਜਿਸ ਕਰਕੇ ਕਾਕਾ ਬਰਾੜ ਜੀ ਨੂੰ ਇੱਕ ਬੁਲਟ ਇੰਜਰੀ ਹੁੰਦੀ ਹੈ ਅਤੇ ਉਸੇ ਉਪਰੰਤ ਹੀ ਉਹਨਾਂ ਦੇ ਫਾਦਰ ਸਾਹਿਬ ਅਤੇ ਉਹਨਾਂ ਦੇ ਬ੍ਰਦਰ ਉਹਨਾਂ ਨੂੰ ਗੱਡੀ ਵਿੱਚ ਬਿਠਾ ਕੇ ਨਾਲ ਦੀ ਨਾਲ ਸਿਵਲ ਹਸਪਤਾਲ ਮੁਕਤਸਰ ਲੈ ਜਾਂਦੇ। ਸਿਵਲ ਹਸਪਤਾਲ ਮੁਕਤਸਰ ਲਿਜਾਣ ਤੋਂ ਬਾਅਦ ਉਹਨਾਂ ਨੂੰ ਰੈਫਰ ਕਰ ਦਿੱਤਾ ਜਾਂਦਾ ਹੈ ਮੈਕਸ ਹੋਸਪਿਟਲ ਬਠਿੰਡਾ। ਬਠਿੰਡਾ ਬੁਲਟ ਇੰਜਰੀਜ਼ ਹੋਣ ਕਰਕੇ ਅਤੇ ਡਾਕਟਰ ਦੀ ਅਨਅਵੇਲੇਬਿਲਿਟੀ ਕਰਕੇ ਉਹਨਾਂ ਨੂੰ ਰੈਫਰ ਕਰ ਦਿੱਤਾ ਜਾਂਦਾ ਫਰਦਰ DMC ਲੁਧਿਆਣਾ, ਜਿੱਥੇ ਕਾਕਾ ਬਰਾੜ ਜੀ ਦਾ ਓਪਰੇਸ਼ਨ ਹੁੰਦਾ ਅਤੇ 2 ਦਿਨ ਲਈ ਉਹਨਾਂ ਨੂੰ ਇੰਟੈਂਸਿਵ ਕੇਅਰ ਅਤੇ ਉਹਦੇ ਅੰਡਰ ਓਬਜ਼ਰਵੇਸ਼ਨ ਰੱਖਿਆ ਜਾਂਦਾ। ਜਿਹੜੀ 11-12 ਦੀ ਦਰਮਿਆਨੀ ਰਾਤ ਸੀ ਜੋ ਕਿ ਕੱਲ੍ਹ ਰਾਤ ਸੀ, ਉਸ ਵਿੱਚ ਉਹਨਾਂ ਦੀ ਹਾਲਤ ਥੋੜ੍ਹੀ ਜਿਹੀ ਵਿਗੜ ਜਾਂਦੀ ਹੈ। ਕੱਲ੍ਹ ਤੱਕ ਉਹ ਸਟੇਬਲ ਸੀਗੇ, ਰਾਤ ਨੂੰ ਉਹਨਾਂ ਦੀ ਹਾਲਤ ਵਿਗੜ ਜਾਂਦੀ ਹੈ ਅਤੇ ਸਵੇਰੇ ਉਹਨਾਂ ਦੀ ਡੈਥ ਹੋ ਜਾਂਦੀ ਹੈ। ਇਸ ਉਪਰੰਤ ਪੁਲਿਸ ਨੇ ਉਹਨਾਂ ਦੇ ਵਾਈਫ ਵੀਰਪਾਲ ਕੌਰ ਜੀ ਦਾ ਸਟੇਟਮੈਂਟ ਵੀ ਰਿਕਾਰਡ ਕਰ ਲਈ ਅਤੇ ਉਹਨਾਂ ਨੇ ਕਿਸੇ ਖਿਲਾਫ਼ ਵੀ ਕੋਈ ਕਾਰਵਾਈ ਦੀ ਮੰਗ ਨਹੀਂ ਕੀਤੀ ਹੈ। ਇਸ ਉਪਰੰਤ ਅਸੀਂ 174 ਦੀ ਕਾਰਵਾਈ ਕੀਤੀ ਜਾਵੇਗੀ ਅਤੇ ਡਿਸੀਜ਼ ਆਪਣੇ ਕਾਕਾ ਬਰਾੜ ਜੀ ਦਾ ਲੱਖੇਵਾਲੀ ਕ੍ਰਿਮੀਨਲ ਹੋਵੇਗੀ। ਮਲੋਟ ਤੋਂ ਤਰਸੇਮ ਟੁੱਡੀ ਦੀ ਰਿਪੋਰਟ।